ਤੁਸੀਂ ਕਿਹੜੀ ਚੀਜ਼ ਦੱਸਣਾ ਚਾਹੋਗੇ ਜਿਹੜੇ ਨਵੇਂ ਮੁੰਡੇ ਜਾਂ ਕੁੜੀਆਂ ਆ ਰਹੇ ਆ, ਜਿਹੜੀ ਤੁਸੀਂ ਸਲਾਹ ਦੇਣਾ ਚਾਹੋਗੇ? ਇੱਕ ਤਾਂ ਬਾਈ ਆਪਣਾ ਨਵੇਂ ਫੋਨਾਂ ਦੇ ਚੱਕਰ 'ਚ ਅਤੇ ਗੱਡੀਆਂ ਦੇ ਚੱਕਰ 'ਚ ਸ਼ੁਰੂ 'ਚ ਆ ਕੇ ਨਾ ਪਿਓ, ਬਾਅਦ 'ਚ ਬੰਦਾ ਬਹੁਤ ਤੰਗ ਹੋਊਗਾ। ਨਵੀਂ ਭਾਅ ਜੀ ਆਹੀ ਗੱਲ ਹੀ ਕਹਿਣਾ ਚਾਹਾਂਗਾ ਕਿ ਠੀਕ ਹੈ ਜੀ, ਸਾਰਿਆਂ ਦੀ ਪਸੰਦ ਹੁੰਦੀ ਵੀ ਅਸੀਂ ਸ਼ੌਂਕ ਪਕਾਈਏ ਆਪਣੇ, ਆਓ ਪਹਿਲਾਂ 5-6 ਮਹੀਨੇ ਬਾਅਦ ਸੈਟਲ ਹੋਵੋ, ਉਸ ਤੋਂ ਬਾਅਦ ਜਦੋਂ ਇਨਕਮ ਖੜਨ ਲੱਗ ਜਾਏ ਆਪਣੀ ਅਤੇ ਉਸ ਤੋਂ ਬਾਅਦ ਬੰਦਾ ਜੋ ਮਰਜ਼ੀ ਕਰ ਸਕਦਾ ਜੀ। ਦੇਖੋ ਵੀਰੇ, ਮੈਨੂੰ 5 ਮਹੀਨੇ ਹੋ ਗਏ ਉਰੇ ਆਏ ਨੂੰ, ਜ਼ਿਆਦਾ ਟਾਈਮ ਤਾਂ ਮੈਨੂੰ ਵੀ ਨਹੀਂ ਹੋਇਆ ਹੈਗਾ, ਪਰ ਜੇ ਸੋਚੀਏ ਆਪਾਂ ਯਾਰ ਸਲਾਹ ਕੀ ਦੇਣੀ ਚਾਹੂੰਗਾ ਮੈਂ, ਸਲਾਹ ਤਾਂ ਮੇਰੀ ਇਹੀ ਹੈਗੀ ਵੀ ਯਾਰ ਬੱਚੇ ਉਰੇ ਆਉਂਦੇ ਨੇਗੇ ਆਪਣੇ ਪੰਜਾਬੀ, ਹੈ ਨਾ, ਸਾਰਾ ਕੁਝ ਮਤਲਬ ਕਰਦੇ ਨੇਗੇ, ਪੜ੍ਹਦੇ ਨੇਗੇ, ਸ਼ਿਫਟਾਂ ਲਾਉਂਦੇ ਨੇ 5-5 ਦਿਨ, ਹੈ ਨਾ, ਪਰ ਉਹ ਕਿਤੇ ਨਾ ਕਿਤੇ ਨਾ ਆਪਣੀ ਲਾਈਫ ਨੂੰ ਇੰਜੋਏ ਕਰਨਾ ਭੁੱਲ ਜਾਂਦੇ ਨੇਗੇ। ਉਹ ਚੱਕਰ ਕੀ ਹੁੰਦਾ ਨਾ, ਆਪਾਂ ਪੜ੍ਹਦੇ ਹਾਂਗੇ, ਚਲੋ ਅਸਾਈਨਮੈਂਟ ਆਉਂਦੀਆਂ ਨੇ, ਕੰਮ ਹੁੰਦਾ ਹੈ, ਬੰਦਾ ਉਹ ਕਰਦਾ ਹੈ, ਉਦੋਂ ਬਾਅਦ 'ਚ ਦੂਜਾ ਕੰਮ ਪੈਸਿਆਂ ਦਾ ਚੱਕਰ, ਹੈ ਨਾ, ਇਹ ਚੱਕਰਾਂ ਦੇ ਪਿੱਛੇ ਲੱਗ ਕੇ ਫੀਸ ਕੱਢਣੀ ਆ। ਚਲੋ ਇਹ ਤਾਂ ਰੱਬ ਦੇ ਮੁਤਾਬਿਕ ਨਾ ਮੈਂ ਕਹਿੰਦਾ ਵੀ ਜੋ ਬੰਦਾ ਚਾਹੁੰਦਾ ਹੋ ਹੀ ਜਾਂਦਾ ਹੁੰਦਾ, ਬਸ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ। ਇਦੋਂ ਬਾਅਦ 'ਚ ਪਰ ਇੰਜੋਏ ਕਰਨਾ ਭੁੱਲ ਜਾਂਦਾ ਨਾ, ਜਦੋਂ ਕੁਛ ਆਉਂਦਾ ਮਤਲਬ ਉਰੇ ਆਓ ਆਪਾਂ ਨਾ ਵਧੀਆ, ਚਲੋ ਫੀਸ ਵੀ ਕੱਢਣੀ ਚਾਹੀਦੀ ਹੈ ਨਾ, ਮਾਪਿਆਂ ਨੂੰ ਨਹੀਂ ਤੰਗ ਕਰਨਾ ਚਾਹੀਦਾ, ਪਰ ਜੋ ਵੀ ਹੈਗਾ ਨਾ ਉਰੇ ਇੱਕ ਇੱਕ ਪਲ ਨੂੰ ਮੰਨਣਾ ਚਾਹੀਦਾ, ਪਤਾ ਨਹੀਂ ਬੰਦਾ ਕਦੋਂ ਮੁੱਕ ਜਾਏ, ਕਿੱਥੇ ਕਿੱਥੇ ਪੜਾਕਾ ਪੈ ਜਾਏ ਨਾ। ਪਰ ਜਦੋਂ ਆਪਾਂ ਉਰੇ ਆਉਂਦੇ ਹੈਗੇ, ਦੇਖੋ ਬੱਚਾ ਆਉਂਦਾ, ਚਲੋ ਇਕੱਲਾ ਰਹਿ ਜਾਂਦਾ ਹੈ ਨਾ, ਪਰ ਇਹ ਕੋਈ ਚੱਕਰ ਨਹੀਂ ਹੈਗਾ, ਜੇ ਆਪਾਂ ਇਕੱਲੇ ਆਉਣੇ ਆ ਇਕੱਲੇ ਹੀ ਜਾਣਾ ਹੈ ਨਾ, ਪਰ ਆਪਾਂ ਦੇਖਦੇ ਉਰੇ ਵੇਟ ਕਰੋ ਸਾਰਾ ਬੰਦਾ ਨਾ, ਡਾਊਨ ਟਾਊਨ ਘੁੰਮੋ ਪੂਰੇ ਬੰਦੇ, ਦੇਖੋ ਨਜ਼ਾਰੇ ਲਓ, ਇੱਕ ਇੱਕ ਦਿਨ ਨੂੰ ਐਵੇਂ ਜਿਉਂ ਸਾਰਾ ਜਿਵੇਂ ਆਖਰੀ ਦਿਨ ਹੁੰਦਾ ਹੈ। ਮੈਂ ਜਿਹੜੇ ਨਵੇਂ ਆ ਰਹੇ ਉਹਨਾਂ ਨੂੰ ਸਲਾਹ ਦੇਣਾ ਚਾਹੁੰਦਾ ਵੀ ਇੱਥੇ ਕੁਛ ਨਹੀਂ ਹੈਗਾ ਗਾ, ਜਿਹੋ ਜਿਹਾ ਕੰਮ ਆਪਣੇ ਪੰਜਾਬ 'ਚ ਭਈਏ ਕਰਦੇ ਉਹੋ ਜਿਹਾ ਕੰਮ ਇੱਥੇ ਆ, ਅਤੇ ਕੋਈ ਲਾਈਫ ਸਟਾਈਲ ਨਹੀਂ ਹੈਗਾ ਗਾ। 5 ਦਿਨ ਤੁਸੀਂ ਦਿਹਾੜੀ 'ਤੇ ਜਾਂਦੇ ਹੋ ਅਤੇ ਉਦੋਂ ਬਾਅਦ ਆ ਕੇ ਰੋਟੀ ਤੁਹਾਨੂੰ ਸ਼ਾਇਦ ਹੀ ਨਸੀਬ ਹੋਵੇ, ਕਿਉਂਕਿ ਤੁਹਾਡੀ ਇੱਥੇ ਰੋਟੀ ਪਕਾਉਣ ਵਾਲਾ ਕੋਈ ਨਹੀਂ, ਅਤੇ ਮੇਰੀ ਤਾਂ ਇਹੀ ਸੋਚ ਆ ਭਰਾਵਾ, ਮੈਂ ਤਾਂ ਫਸ ਗਿਆ ਤੁਸੀਂ ਨਾ ਫਸੀਓ, ਜੇ ਕੋਈ ਮੇਰੀ ਫੀਸ ਮੂੜ ਦੇਵੇ ਤਾਂ ਮੈਂ ਅੱਜ ਹੀ ਇੰਡੀਆ ਵਾਪਸ ਜਾਣ ਨੂੰ ਤਿਆਰ ਹੈਗਾ, ਮੈਨੂੂੰ ਹਜੇ ਸਿਰਫ 20 ਦਿਨ ਹੋਏ ਆਏ ਨੂੰ ਹੋਏ ਆ। ਜਾਂ ਐਕਸਪੀਰੀਅੰਸ ਦੇ ਹਿਸਾਬ ਨਾਲ ਆਪਣੇ ਬੰਦੇ ਉੱਥੇ ਐਕਸਪੈਕਟੇਸ਼ਨ ਬਹੁਤ ਰੱਖਦੇ ਆ ਵੀ ਉੱਥੇ ਜਾ ਕੇ ਆਹ ਕਰਾਂਗੇ, ਗੱਡੀ ਲੈ ਲਾਂਗੇ, ਇਹ ਉਹ, ਕੁਛ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਵਰਕ ਪਰਮਿਟ 'ਤੇ ਨਹੀਂ ਹੁੰਦੇ, ਵੀ ਉਦੋਂ ਤੱਕ ਕੁਛ ਨਾ ਕਰੋ, ਗੱਡੀ ਵਗੈਰਾ ਲੈਣੀ ਨਹੀਂ ਚਾਹੀਦੀ ਬੰਦੇ ਨੂੰ। ਆਈ ਗੈਸ ਉਹੀ ਵਧੀਆ ਸਲਾਹ ਇਹੀ ਹੋਊਗੀ ਵੀ ਕੋਈ ਗੱਡੀ ਨਾਲ ਉਹ ਫਾਲਤੂ ਖਰਚਾ ਨਾ ਕਰੋ, ਅਤੇ ਤੀਜੀ ਚੀਜ਼ ਬਾਈ ਸਹੇਲੀ ਨਾ ਬਣਾਇਓ। ਇੰਡੀਆ ਸੇ ਆਨੇ ਵਾਲੇ ਲੋਗੋ ਕੋ ਯਹੀ ਹੈ, ਜਿਤਨਾ ਹੋ ਸਕਤਾ ਆਪਣੇ ਮੰਮਾ ਪਾਪਾ ਕੇ ਪਾਸ ਰਹਿ ਲਓ ਯਾਰ, ਔਰ ਡਰਾਈਵਿੰਗ ਸਿੱਖ ਕੇ ਆਉਣਾ, ਕੁਕਿੰਗ ਜ਼ਰੂਰ ਸਿੱਖ ਕੇ ਆਉਣਾ, ਮੇਰੇ ਜੈਸੇ ਮਤ ਬਣ ਕੇ ਆਉਣਾ ਜਿਨਕੋ ਆਟਾ ਵੀ ਨਹੀਂ ਗੁੰਨਣਾ ਆਤਾ ਥਾ, ਪਰ ਲੇਕਿਨ ਹਾਂ ਕੁਕਿੰਗ ਸਕਿੱਲਸ ਆਪਕੇ ਅੱਛੇ ਹੋਣੇ ਚਾਹੀਏ, ਕਿਉਂਕਿ ਯਹਾਂ ਪੇ ਆਪ ਖੁਦ ਕੁੱਕ ਕਰੋਗੇ ਤੋ ਬੈਟਰ ਰਹੇਗਾ ਦੈਨ ਟਿਫਿਨ ਸਰਵਿਸ, ਔਰ ਯੂ ਕੈਨ ਸੇਵ ਰਾਈਟ, ਔਰ ਡਰਾਈਵਿੰਗ ਆਉਣੀ ਚਾਹੀਏ, ਔਰ ਬਾਕੀ ਬਹੁਤ ਕੁਛ ਹੈ ਲਾਈਕ ਗਰਲਸ ਕੇ ਲਈ, ਅਗਰ ਆਪਕੋ ਆਪਣੇ ਪਾਰਲਰ ਸਕਿੱਲਸ ਆਤੇ ਹੈ ਤੋ ਦੈਟ ਵਿਲ ਬੀ ਬੈਟਰ। ਸਲਾਹ ਤਾਂ ਇਹੀ ਹੈ ਯਾਰ, ਕਿਸੇ ਦੀ ਚੱਕ 'ਚ ਆ ਕੇ ਬਸ ਕੁੰਡਾ ਨਾ ਕਰਾ ਲਿਓ, ਆਪਣਾ ਗੱਡੀ ਗੁੱਡੀ ਨਾ ਚੱਕਿਓ, ਇੱਥੇ ਆ ਕੇ ਭਰਾ ਮੇਰਾ ਬਣ ਕੇ ਚੱਕਿਓ, ਤਾਂ ਆਪਦੇ ਬਜਟ 'ਚ ਚੱਕਿਓ, ਮਹਿੰਗੀ ਚੀਜ਼ ਨਾ ਚੱਕ ਲਿਓ, ਕ੍ਰੈਡਿਟ ਕਾਰਡ ਲੈਣਾ ਇੱਕੋ ਲਿਓ, ਇਸ ਤੋਂ ਵੱਧ ਕ੍ਰੈਡਿਟ ਕਾਰਡ ਨਾ ਲਿਓ, ਆਪਦੇ ਰੈਕਡ ਦਾ ਧਿਆਨ ਰੱਖਿਓ, ਲਾਇਸੈਂਸ ਦਾ ਪੂਰਾ ਧਿਆਨ ਰੱਖਣਾ ਪੈਣਾ ਇੱਥੇ ਮੇਨ ਰੈਕਡ ਦਾ। ਮੈਂ ਇਹ ਐਡਵਾਈਸ ਇਹੀ ਦੇਵਾਂਗੇ ਕਿ ਜੋ ਦਿਖਦਾ ਹੈ ਉਹ ਹੁੰਦਾ ਨਹੀਂ ਆ, ਪਰ ਇੰਨੀ ਗੱਲ ਆ ਜੇ ਮਿਹਨਤ ਕਰੋਗੇ ਤਾਂ ਸਭ ਕੁਛ ਬਣ ਜਾਏਗਾ। ਬਾਈ ਨਵੇਂ ਬੱਚਿਆਂ ਨੂੰ ਆਹੀ ਸਲਾਹ ਕਿ ਜਦੋਂ ਵੀ ਆਉਣਾ ਆਪਣੇ ਕੋਲਜ ਜਿਹੜਾ ਵੀ ਲੈ ਕੇ ਆਉਣ, ਆਪਣਾ ਚੰਗੀ ਤਰ੍ਹਾਂ ਆਪਣੀ ਸਰਚ ਕਰਕੇ ਆਉਣ, ਰਾਈਟ, ਏਜੰਟਾਂ ਪਿੱਛੇ ਨਾ ਲੱਗਣ, ਕਿਉਂਕਿ ਏਜੰਟ ਮੁੜ ਕੇ ਉੱਦਾਂ ਦਾ ਕੋਲਜ ਦਵਾ ਦਿੰਦੇ ਆ ਜਿਹਦੀਆਂ ਫੀਸਾਂ ਵੀ ਜ਼ਿਆਦ੾ ਹੁੰਦੀਆਂ ਆ, ਅਤੇ ਬਾਅਦ 'ਚ ਫਿਰ ਇੱਥੇ ਸਟੱਡੀ ਵੀ ਔਖੀ ਹੁੰਦੀ ਆ, ਉਹਨਾਂ ਕੋਲ ਕੰਮ ਵਗੈਰਾ ਵੀ ਨਹੀਂ ਹੁੰਦਾ, ਹੈ ਨਾ, ਫੀਸਾਂ ਵਗੈਰਾ ਨਹੀਂ ਨਿਕਲਦੀਆਂ, ਸਗੋਂ ਆਪਣੀ ਪਹਿਲਾਂ ਸਰਚ ਕਰਨ, ਕਿਹੜੇ ਕੋਲਜ ਦੀ ਫੀਸ ਘੱਟ ਆ ਉਹ ਸਿਲੈਕਟ ਕਰਨ, ਰਾਈਟ, ਏਜੰਟਾਂ ਪਿੱਛੇ ਨਾ ਲੱਗਣ, ਇੱਥੇ ਜਿਹੜੇ ਮੁੰਡੇ ਪਹਿਲਾਂ ਆਏ ਹੋਏ ਉਹਨਾਂ ਨਾਲ ਸਲਾਹ ਕਰਨ, ਮੋਸਟ ਆਫ ਦਾ ਟਾਈਮ ਇੱਦਾਂ ਹੁੰਦਾ ਕਿ ਆਪਾਂ ਕਿਸੇ ਨੂੰ ਦੱਸਦੇ ਨਹੀਂ ਇੰਡੀਆ 'ਚ ਆਪਾਂ ਲਵਾਉਂਦੇ ਹਾਂ ਨਾ ਵੀਜ਼ਾ ਵੂਜ਼ਾ, ਅਤੇ ਉਹ ਇੱਕ ਮੁੰਡੇ ਮੰਡੇ ਜਿਹੜੇ ਇੱਥੇ ਹੈਗੇ ਆ ਉਹਨਾਂ ਦੇ ਯਾਰ ਬੇਲੀ ਸਲਾਹ ਕਰਨ, ਉਹਨਾਂ ਨੂੰ ਜਿਹੜਾ ਉਹਨਾਂ ਨੂੰ ਪਤਾ ਕਿ ਹਾਂ ਵੀ ਹੈਲਪ ਕਰਨਗੇ, ਰਾਈਟ, ਉੱਦਾਂ ਮਾੜਾ ਚੰਗਾ ਟਾਈਮ ਦੇਖਿਆ ਆ। ਸਹੀ ਗੱਲ ਆ, ਇਕੱਠੇ ਪੜ੍ਹੇ ਆ ਜਿੱਦਾਂ, ਹੈ ਨਾ, ਹੁਣ ਯਾਰ ਬੇਲੀ ਕਈ ਹੁੰਦੇ ਆ, ਇਕੱਠੇ ਰਹਿੰਦੇ, ਇਕੱਠੇ ਆਉਂਦੇ ਆ, ਆਪਣਾ ਵਧੀਆ ਸਰਚ ਕਰਕੇ ਆਉਣ ਕਿ ਹਾਂਜੀ ਕਿਹੜੇ ਕੋਲੇਜ ਦੀ ਫੀਸ ਘੱਟ ਆ, ਕਿਹੜੇ ਵਿੱਚ ਅਸੀਂ ਪਾਸ ਪੂਸ ਹੋ ਜਾਵਾਂਗੇ, ਹੈ ਨਾ, ਅਸਾਈਨਮੈਂਟਾਂ ਵਗੈਰਾ ਈਜ਼ੀ ਰਹਿਣਗੀਆਂ ਸਾਨੂੰ। ਵੇਖੋ ਬਈ, ਮੈਨੂੰ ਆਏ ਨੂੰ 4-5 ਮਹੀਨੇ ਹੋ ਗਏ ਨੇ ਜਿਵੇਂ, ਅਤੇ ਮੇਰਾ ਕੋਲਜ ਹੰਬਰ ਆ, ਮੈਂ ਪਹਿਲੀ ਸਲਾਹ ਤਾਂ ਇਹ ਦੇਣੀ ਚਾਹਾਂਗਾ ਨਵੇਂ ਆਉਣ ਵਾਲੇ ਸਟੂਡੈਂਟਾਂ ਨੂੰ ਵੀ ਜਿਹੜਾ ਆਪਣਾ ਕੋਰਸ ਅਤੇ ਕੋਲਜ ਉਹ ਆਪਣਾ ਸਹੀ ਤਰੀਕੇ ਨਾਲ ਚੂਜ਼ ਕਰਕੇ ਆਓ। ਜਿਵੇਂ ਮੈਂ ਮੋਸਟਲੀ ਵੇਖਿਆ ਇੱਥੇ ਹੁਣ ਜਿਵੇਂ ਏਜੰਟ ਨੇ ਜਿਵੇਂ ਭੇਜਤਾ ਕੋਈ ਵੀ ਕੋਰਸ ਲੈ ਕੇ, ਅਤੇ ਬੱਚੇ ਇੱਥੇ ਆਣ ਕੇ ਬਹੁਤ ਜ਼ਿਆਦਾ ਤੰਗ ਹੁੰਦੇ ਨੇ, ਕੋਲਜ ਵੀ ਕਈ ਔਖੇ ਲੈ ਲੈਂਦੇ, ਹੈ ਨਾ, ਆਪਣੀ ਕੈਪੇਬਿਲਿਟੀ ਵੇਖ ਕੇ ਆਪਾਂ ਨੂੰ ਕੋਲਜ ਐਂਡ ਕੋਰਸ ਲੈਣਾ ਚਾਹੀਦਾ। ਅਤੇ ਸੈਕਿੰਡਲੀ ਇਹ ਸਲਾਹ ਦੇਣੀ ਚਾਹਾਂਗਾ, ਕਿਵੇਂ ਬਹੁਤ ਸਟੂਡੈਂਟ ਮੈਂ ਵੇਖਿਆ, ਜਿਵੇਂ ਮੈਂ ਵੀ ਹਜੇ ਨਵਾਂ ਹੀ ਹਾਂ, ਆਣ ਕੇ ਤਾਂ ਘਬਰਾ ਜਾਂਦੇ ਨੇ, ਹਰ ਦਿਨ ਵੀਰੇ ਵਧੀਆ ਨਹੀਂ ਹੁੰਦਾ, ਹਰ ਦਿਨ ਮਾੜਾ ਨਹੀਂ ਹੁੰਦਾ, ਕਿਸੇ ਦਿਨ ਆਪਾਂ ਵਧੀਆ
दिन चढ़ता अपना सारा काम वधिया जांदा आपां कहिंदे आ वी नज़ारा जिंदगी किसी दिन माड़ी जी भी दिक्कत आ जाए कोई टेंशन आ जाए बंदा घबरा जाता भी नहीं यार मेरे को कुछ भी नहीं है मेरे को सारा कुछ खत्म हो गया है ना इस करके घबराना नहीं चाहिए हमेशा अपनी हिम्मत बना के रखनी है कोई नहीं जो चंगे माड़े दिन तो आते ही रहेंगे ने तो हिम्मत नहीं छड़नी कभी मसला यही देना चाहना मैं अपने आपको प्रिपेयर करके आओ असाइनमेंट्स के लिए स्ट्रगल करने के लिए है ना स्टडी भी नाल देखनी है वर्क भी देखना है तो वो लाइफ थोड़ा जहा जिदा वर्क ओरिएंटेड भी है ना तो अपना सब कुछ अपने हाथी करना पैंता अपना परसनल काम भी सारे रूम के काम भी आप भी करने पैंते हैं भाई जिहड़े भी नवे आउंदे ने मैं सारयां नूं इही सलाह देना चाहुंदा पहलां तां आपां नूं हरेक चीज़ दा डिसीजन बहुत सोच समझ के लैणा चाहिदा जिद्दां आपां नवें नवें आउंदे आ आपां महंगे महंगे कारां हैना महंगे महंगे फोन लैण दे पिछे पै जांदे आ पहलां आपां नूं अपना एक स्कैड्यूल बनाउणा चाहिदा वी मैं किन्ना कम्म करना ते मोस्ट इंपोर्टेंट गल वी आपां अपनी स्टडी वल मेन ध्यान देना चाहिदा क्योंकि स्टडी दे सिर ते आपां नूं कल वर्क परमिट मिलना ते अपनी स्टडी वल फोकस देवो ते अपनी हरेक चीज़ नूं स्कैड्यूल बना के चलो किसे पिछे लग के कोई आपदा बाड़िया चीज़ा करने की जरूरत नहीं जिन्हें योगी है वो चीज़ा करी जाओ असी यही सलाह देना चाहवे स्टूडेंटा कि आपका इतने दिल स्ट्रोंग बना के रहन रोटी टाइम सिर खाण क्योंकि जे सेहत आ तो ता ही पैसा बंदे इतने डालर पिछे जाते पर आपकी सेहत का कोई ख्याल नहीं रखता ता करके यही सलाह वा कि रहो इतने वधिया सैट होवो पर आपका काम तो सेहत दोनों का ध्यान रखो अरे मेरी तो यह सलाह जो तुम नवे नवे आओ तो अपने फंड्स जोड़े आ सामभ के रखो पहला अपने जोड़े थोड़े स्पैशल दोस्त आ उन्होंने कोल जरूर स्टे करो वो तुम्हें वधिया सलाह देंगे उस तो बाद जे कोई तुम पुठी सलाह दिता सब तो पहला आके डिस्कस करो अपने दोस्तों ना उस तो बाद ही कोई फैसला लवो तो अपनी जी आई सी जी सामभ के रखो क्योंकि वो तो जो फंड्स आई फीस के भी कम आऊगी मेरा भी सेम यही आ कि बंदा पहला आके कोई चक्कर जे ना पवे कि मैं आईफोन लैना आ गड्डी लैनी आ अपनी फीस कड़ो आराम ना है ना बसा च ट्रैवल करो ये नहीं कि आप उबर करा ली ये करा ली कोई चक्कर नहीं आ तुम बस लो डेली काम करो रेगूलर कोई टाइम नहीं ओवर टाइम ला भी जो आप रेगूलर काम करते हैं ना कोई भी रोज़ जाई जाइए तो आप कोई फंडस भी नहीं घट पैने अपना सही रहो कोई दूजे पास जाने की लड़ नहीं है गुरु घर जावो अपना रोज़ घर दिन गल करो डिस्कस करो की होंदा आ वधिया बंदियां नाल रहो अपना है ना शेयरिंग करके फैमिली वांगू कोई चक्कर नहीं वधिया सब कुछ इत्थे नवे लोगों नूं इह एडवाइस है कि थोड़ा कुकिंग सीख के आओ तो थोड़ा घर के कम सीख के आओ क्योंकि इत्थे आके सारे आपे ही करने पैने आ ते सीखे आओगे तो सौखे रहोगे नहीं तो फिर स्टार्टिंग तो बड़ा औखा होना इत्थे कोई कम भी करना है तो अपना रोटी पानी का भी करना होंदा ते सीख के आओ ये चीज़ा जरूर एडवाइस भाई यही आ भी जे इत्थे आउण लगे आ तो मेहनत पूरी करनी पैनी आ ते थोड़ा नींद नूं बाय बाय टाटा करना पैना आ ठीक है तो बस यही है भी मेहनत पूरी रखे अपनी कोई गल नहीं थोड़ा टाइम लगता पर फल जरूर मिलता है मैं बताऊंगा कि लाइक यहाँ पे पहले आओ तो लाइक नए कॉन्टैक्ट्स बनाओ नए फ्रेंड्स बनाओ क्योंकि वही लोग होंगे जो आपको फ्यूचर में हेल्प करेंगे सो डेफिनेटली नए फ्रेंड्स बनाने चाहिए